ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਕੌਰ ਢਿੱਲੋਂ ਤੇ ਅੱਜ ਪੰਜਾਬੀ ਸਕਰੀਨ ਐਂਟਰਟੇਨਮੈਂਟ ਦੇ ਥਰੂ ਤੁਹਾਨੂੰ ਮਿਲਵਾਉਣ ਜਾ ਰਹੀ ਹਾਂ ਬਾਲੀਵੁੱਡ ਦੇ ਮਹਾਨ ਗਾਇਕ ਲਵ ਜੰਜੂਆ ਜੀ ਨਾਲ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਮੈਨੂੰ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਓ ਮੈਨੂੰ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਕਹਿੰਦੀ ਪਾਓ ਪਾਉਂਦੀ ਜੈਮ ਕਹਿੰਦੀ ਹੋ ਜਾਣਾ 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 ਸੋਹਣੀ ਦੇ ਨਖਰੇ ਸੋਹਣੇ ਲੱਗਦੇ ਮੈਨੂੰ ਸੋਹਣੀ ਦੇ ਨਖਰੇ ਸੋਹਣੇ ਲੱਗਦੇ ਕਹਿੰਦੀ ਪਾਓ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਜੀਤ ਢਿੱਲੋਂ ਜੀ ਬਹੁਤ ਖੁਸ਼ੀ ਤੁਹਾਡੇ ਨਾਲ ਮਿਲ ਕੇ ਲਵ ਜੰਜੂ ਜੀ ਗਾਇਕੀ ਖੇਤਰ ਵਿੱਚ ਕੋਈ ਅਜਿਹਾ ਪਲ ਜਦੋਂ ਤੁਸੀਂ ਬਹੁਤ ਮਾਯੂਸ ਹੋ ਗਏ ਹੋ ਬਿਲਕੁਲ ਜੀ ਮੇਰਾ ਖਿਆਲ ਹੈ ਕਿ ਮੈਂ ਇਹ ਜਿਹੜਾ ਤੁਹਾਡਾ ਸਵਾਲ ਹੈ ਹਰ ਕਲਾਕਾਰ ਇੱਕ ਵਾਰੀ ਮਾਯੂਸ ਹੁੰਦਾ ਜ਼ਰੂਰ ਪਰ ਅੱਜ ਕੱਲ੍ਹ ਤਾਂ ਹੁਣ ਤੁਸੀਂ ਦੇਖਿਆ ਹੋਣਾ ਵੀ ਜ਼ਿਆਦਾਤਰ ਲੋਕਾਂ ਦਾ ਬਿਜ਼ਨਸ ਬਣ ਗਿਆ ਜਿਹੜੇ ਮਾਂ ਬਾਪ ਨੇ ਉਹ ਕਹਿੰਦੇ ਨੇ ਵੀ ਅਗਰ ਹੋਰ ਨਹੀਂ ਕੋਈ ਕੰਮ ਕਰਨਾ ਤਾਂ ਕਲਾਕਾਰ ਹੀ ਬਣਿਆ ਸੋ ਤੁਸੀਂ ਦੇਖਿਆ ਹੋਣਾ ਇੰਡਸਟਰੀ ਵਿੱਚ ਪੰਜਾਬੀ ਇੰਡਸਟਰੀ 'ਚ ਪੋਲਿਊਸ਼ਨ ਵੀ ਫੈਲ ਗਿਆ ਕਿਉਂਕਿ ਜਿਹੜਾ ਮਰਜ਼ੀ ਗਾਈ ਜਾਂਦਾ ਪਤਾ ਨਹੀਂ ਕੀ ਗਾਈ ਜਾਂਦੇ ਨੇ ਕੀ ਉਹਨਾਂ ਦੇ ਵੀਡੀਓਜ਼ ਬਣਦੇ ਨੇ ਹੈ ਨਾ ਔਰ ਜੱਟ ਦੀ ਹੀ ਗੱਲ ਦੇਖੋ ਚੱਕੀ ਹੈ ਜਿੱਦਾਂ ਇਹ ਵੀ ਮੈਂ ਦੱਸਣਾ ਚਾਹੂੰਗਾ ਕਿ ਜੱਟ ਨੂੰ ਹੀ ਬਦਨਾਮ ਕਰਿਆ ਪਿਆ ਨਾ ਉਹਦੇ ਕੋਲ ਕੋਈ ਕਹਿੰਦਾ ਝੱਗਾ ਹੈ ਨਹੀਂ ਕੋਈ ਕਹਿੰਦਾ ਉਹਦੇ ਕੋਲ ਬਨੈਣ ਹੈ ਨਹੀਂ ਜੱਟ ਨੂੰ ਬਦਨਾਮ ਕਰ ਕਰਕੇ ਉਹੀ ਕਲਾਕਾਰ ਜਦੋਂ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਹੈ ਉਹੀ ਜੱਟ ਜਦੋਂ ਕਲਾਕਾਰ ਨੂੰ ਬੁਲਾਉਂਦਾ ਹੈ ਉੱਥੇ ਵੀ ਕਹਿੰਦੇ ਨੇ ਬੱਲੇ ਜੱਟਾ ਬੀਲਾ ਦਾਰੂ ਚੱਕ ਦੇ ਫੁੱਟੇ ਵਾਹ 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 ਜੱਟ ਹੋਈ ਹੈ ਇੱਕ ਪਾਸੇ ਕਹਿੰਦੇ ਨੇ ਵੀ ਇਹਦੇ ਕੋਲ ਕੁਛ ਵੀ ਨਹੀਂ ਗਾ ਮੈਂ ਕਹੂੰਗਾ ਵੀ ਜੱਟ ਕੋਲ ਤਾਂ ਕਰੋੜਾਂ ਦੀ ਜ਼ਮੀਨ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਉਹ ਕਰੋੜਾਂ ਦੀ ਜ਼ਮੀਨ ਜਿਹੜੀ ਹੈ ਉਹਦਾ ਲਾਲਚ ਜੱਟ ਨਹੀਂ ਛੱਡ ਸਕਦਾ ਕਦੇ ਵੀ ਔਰ ਪਰ ਫਿਰ ਵੀ ਮਜੂਸੀ ਦੇ ਪਲ ਜਿਹੜੇ ਆ ਜਦੋਂ ਬੰਦਾ ਜ਼ਿੰਦਗੀ 'ਚ ਇੱਧਰ ਆਉਂਦਾ ਤੁਸੀਂ ਜਿੱਦਾਂ ਪਹਿਲਾਂ ਕੈਸਟਾਂ ਸੀਗੀਆਂ ਆਉਂਦੀਆਂ ਕੈਸਟ ਯੁੱਗ ਸੀ ਉਹਦੇ ਵਿੱਚ ਕੀ ਸੀਗਾ ਕਿ ਜਦੋਂ ਵੀ ਕਿਸੇ ਕੰਪਨੀ ਕੋਈ ਬੰਦਾ ਜਾਂਦਾ ਕਿ ਮੈਨੂੰ ਸੁਣੋ ਮੇਰੀ ਗੀਤ ਰਿਕਾਰਡਿੰਗ ਕਰੋ ਤਾਂ ਕੰਪਨੀ ਵਾਲੇ ਕਹਿੰਦੇ ਸੀ ਯਾਰ ਤੂੰ ਨਵਾਂ ਕਲਾਕਾਰ ਤੇਰੀ ਰਿਕਾਰਡਿੰਗ ਕਰਕੇ ਕਿੱਥੇ ਚਲਾਵਾਂਗੇ ਬਾਈ ਐਂ ਕਹਿੰਦੇ ਸੀ ਨਾ ਸੋ ਮੇਰੇ ਨਾਲ ਵੀ ਇੱਦਾਂ ਬਹੁਤ ਹੋਈਆਂ ਕੰਪਨੀ ਵਾਲੇ ਕਹਿ ਦੇਣਾ ਵੀ ਤੁਸੀਂ ਤਾਂ ਨਵੇਂ ਹੋ ਹੁਣ ਨਵਾਂ ਬੰਦਾ ਪੁਰਾਣਾ ਕਦੋਂ ਹੋਊਗਾ ਜਦ ਤੱਕ ਉਹਨੂੰ ਕੋਈ ਰਿਕਾਰਡ ਨਹੀਂ ਕਰ ਰਿਹਾ ਸੋ ਇੱਥੇ ਹੈ ਵੀ ਕਿਉਂਕਿ ਜਦੋਂ ਬ੍ਰੇਕ ਬਣਦੀ ਹੈ ਕੋਈ ਉਹ ਬ੍ਰੇਕ ਮੈਂ ਕਹੂੰਗਾ ਕਿ ਜਿਹਨੂੰ ਮੈਂ ਬ੍ਰੇਕ ਸਮਝਦਾ ਅਸਲੀ ਐਕਚੁਅਲੀ ਬ੍ਰੇਕ ਵੈਸੇ ਤਾਂ ਖੁਸ਼ੀ ਹੋਈ ਜਦੋਂ ਮੇਰੀ ਕੋਈ ਨਾ ਕੋਈ ਰਿਕਾਰਡਿੰਗ ਹੋਈ ਐਕਸਲਨ ਨੇ ਕੀਤੀ ਸਤਿਗੁਰੂ ਨਾਨਕ ਬਾਣੀ ਦੇਵੀ ਉਹ ਜਿਹਾ ਸਾਹਿਬ ਨੇ ਕੀਤੀਆਂ ਪਰ ਮੈਂ ਕਹੂੰਗਾ ਅਸਲੀ ਬ੍ਰੇਕ ਜਦੋਂ ਮੈਨੂੰ ਲੋਕਾਂ ਨੇ ਪਹਿਚਾਣਿਆ ਵੀ ਲਵ ਜੰਜੂ ਵਾਕਈ ਸਿੰਗਰ ਹੈ ਉਹ ਕਰਨੈਲ ਸੀ ਵੀ ਹੈ ਸਵਰਨ ਸੀ ਵੀ ਹੈ ਦੋ ਭਰਾ ਨੇ ਉਹਨਾਂ ਨੇ ਮੇਰੀ ਐਲਬਮ ਕੀਤੀ ਸੀ ਉਸ ਟਾਈਮ ਜਿਹੜੀ ਬੜੀ ਮਸ਼ਹੂਰ ਸੀ ਅਤੇ ਮਰ ਗਈ ਮਸ਼ਹੂਰ ਤੇ ਇੱਦਾਂ ਦੇ ਗਾਣੇ ਚੱਲਦੇ ਸੀ ਪਹਿਲਾਂ ਮਸ਼ਹੂਰ ਜਾ ਗਾਣੇ ਤੁਸੀਂ ਸੁਣਿਆ ਹੋਣਾ ਪਹਿਲਾਂ ਹੁੰਦਾ ਸੀਗਾ ਮੈਂ ਜੇ ਤੂੰ ਕਿਤੇ ਹੋਰ ਵਿਆਹ ਕਰ ਲਏ ਮੈਂ ਟਰੈਕਟਰ ਤੋਂ ਲਿਆ ਜੂੰਗਾ ਮੈਂ ਜੇ ਤੂੰ ਕਿਤੇ ਹੋਰ ਤੇਰੀ ਜਾਨ ਆ ਗਈ ਮੈਂ ਤੇਰਾ ਟਾਇਰ ਪੈਂਚਰ ਕਰ ਦੂੰਗਾ ਫਲਾਨਾ ਕਰ ਦੂੰ ਇੱਦਾਂ ਦਾ ਕੰਮ ਚੱਲਦਾ ਹੁੰਦਾ ਸੀ ਤਾਂ ਅਸੀਂ ਵੀ ਇੱਦਾਂ ਦੇ ਕੁਛ ਗੀਤ ਗਾਏ ਸੀ ਜਿਹੜੇ ਜੇ ਅਸੀਂ ਸੁਣਦੇ ਹਾਂ ਤਾਂ ਹੋਰ ਤਰ੍ਹਾਂ ਲੱਗਦੇ ਹਾਂ ਪਰ ਇਹ ਮਯੂਸੀ ਦੇ ਪਲ ਹਰ ਕਲਾਕਾਰ ਦੇ ਵਿੱਚ ਆਉਂਦੇ ਆ ਪਰ ਮੇਰਾ ਖਿਆਲ ਅੱਜ ਕੱਲ੍ਹ ਜਿਹਨਾਂ ਕੋਲ ਪੈਸੇ ਹੈ ਘਰਾਂ 'ਚ ਲੋਕਾਂ ਦੇ ਜਿਹੜੇ ਉਹ ਆਪਣਾ ਆਰਟਿਸਟ ਬਣਾਉਣਾ ਚਾਹੁੰਦੇ ਆ ਬੱਚੇ ਵਜੇ ਕਿਵੇਂ ਉਹਨਾਂ ਨੂੰ ਮਯੂਸੀ ਦਾ ਪਲ ਹੀ ਹੁੰਦਾ ਕਿਉਂਕਿ ਉਹ ਪੈਸੇ ਲਾਉਂਦੇ ਸਟੂਡੀਓ ਜਾਂਦੇ ਸਿੱਧੀ ਰਿਕਾਰਡਿੰਗ ਕਰਕੇ ਜੇ ਕੁਛ ਹੋਰ ਨਾ ਹੋਵੇ ਤਾਂ ਆਪਣੀ ਕੰਪਨੀ ਖੋਲ੍ਹ ਲੈਂਦੇ ਇਸ ਧਰਮਿੰਦਰ ਭਾਈ ਉਹਨਾਂ ਦਾ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਮੇਰੀ ਖੁਸ਼ੀ ਦਾ ਟਿਕਾਣਾ ਤਾਂ ਉਦੋਂ ਮੈਨੂੰ ਖੁਸ਼ੀ ਜਿੱਤ ਹੋਈ ਹੈ ਜਦੋਂ ਇੱਕ ਮੇਰਾ ਗਾਣਾ ਪੂਰੇ ਸੰਸਾਰ 'ਚ ਚੱਲ ਗਿਆ ਮੈਨੂੰ ਪੂਰੀ ਦੁਨੀਆ 'ਚ ਫੋਨ ਆਉਣ ਲੱਗ ਗਏ ਕਿ ਤੁਹਾਡਾ ਜਿਹੜਾ ਗਾਣਾ ਪੂਰੀ ਗਲੋਬ 'ਤੇ ਚੱਲ ਰਿਹਾ ਔਰ ਮੈਂ ਗੋਰੇ ਕਾਲੇ ਨੀਲੇ ਪੀਲੇ ਸਾਰੇ ਲੋਕਾਂ 'ਚ ਜਦੋਂ ਮੈਂ ਸ਼ੋਅ ਕਰੇ ਉਹ ਮੈਨੂੰ ਖੁਸ਼ੀ ਸੀ ਔਰ ਜਦੋਂ ਮੈਂ ਬਾਲੀਵੁੱਡ 'ਚ ਸੱਦਾ ਖੁਦ ਆਇਆ ਉੱਥੋਂ ਸੁਨੇਹਾ ਜਿਹੜਾ ਕਿਸੇ ਕਿਸੇ ਨੂੰ ਆਉਂਦਾ ਮੈਂ ਕਹੂੰਗਾ ਮਾਲਕ ਦੀ ਕਿਰਪਾ ਹੋਈ ਮੇਰੇ 'ਤੇ ਕਿ ਆਓ ਜੀ ਤੁਸੀਂ ਕਿੱਥੇ ਹੋ ਮਹਾਰਾਜ ਤੋਂ ਲੱਭਦੇ ਫਿਰਦੇ ਹਾਂ ਆਓ ਅਸੀਂ ਤੁਹਾਡੇ ਫਿਲਮਾਂ 'ਚ ਗਾਣੇ ਕਰਨੇ ਹਾਂ ਤਾਂ ਉਹ ਮੇਰੀ ਖੁਸ਼ੀ ਦਾ ਐਕਚੁਅਲੀ ਟਿਕਾਣਾ ਸੀਗਾ ਸੋ ਜਿਹੜਾ ਹਾਲੇ ਵੀ ਬਰਕਰਾਰ ਹੈ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੈਂ ਉੱਥੇ 10 ਸਾਲ ਤੋਂ ਸਟੇ ਕੀਤੀ ਹੈ ਉੱਥੇ ਰਹਿਣਾ ਮੈਂ ਘਰ ਉੱਥੇ ਵੀ ਹੈ ਤੁਸੀਂ ਸਾਨੂੰ ਆਪਣੇ ਗੀਤ ਲੰਡਨ ਠੁਮਕਦਾ ਦੇ ਦੋ ਬੋਲ ਜ਼ਰੂਰ ਸੁਣਾਓ ਲੰਡਨ ਠੁਮਕਦਾ ਮੈਨੂੰ ਐਤਕੀ ਜੀਮਾ 뮤직 ਅਵਾਰਡ ਮਿਲਿਆ ਬੈਸਟ ਸੌਂਗ ਆਫ ਦਾ ਈਅਰ ਐਤਕੀ ਦਾ ਇਹ ਸੌਂਗ ਹੈ ਅੱਛਾ ਔਰ ਉਹ ਮੈਨੂੰ ਅਵਾਰਡ ਮਿਲੇ ਜੀ ਔਰ ਮੈਨੂੰ ਬਧਾਈਆਂ ਦੇ
बहुत चलिया चल रहा है ਜਿਹੜਾ ਮੈਂ ਕਹੂੰਗਾ ਕਿ ਕੁਈਨ ਫਿਲਮ ਵਾਸਤੇ ਇੱਕ ਮਾਰਕਾ ਬਣ ਗਿਆ ਲੋਗੋ ਕਿ ਜਦੋਂ ਵੀ ਕੁਈਨ ਫਿਲਮ ਦਾ ਕਿਤੇ ਨਾਮ ਲਿਆ ਜਾਊਗਾ ਤਾਂ ਉਹੀ ਗਾਣਾ ਚੱਲ ਹੀਲਾ ਤੇ ਚੱਲਦੀ ਟੁੱਕ ਟੁੱਕ ਤੂੰ ਕਰਦੀ ਮੇਕਅਪ ਤੂੰ ਕਰਦੀ ਆ ਅੰਗਰੇਜ਼ੀ ਪੜ੍ਹਦੀ ਗਿੱਟ ਪਿੱਟ ਤੂੰ ਕਰਦੀ ਜਿਵੇਂ ਕੁਈਨ ਸਾਡੀ ਨੀ ਕਿਟੋਰੀਆ ਤੂੰ ਘੈਂਟੀ ਮਿਕ ਬੈਨ ਦੀ ਪੂਰਾ ਲੰਡਨ ਠੁਮਕਦਾ ਹੋ ਜਦੋਂ ਨੱਚੇ ਭੈਣ ਦੀ ਪੂਰਾ ਲੰਡਨ ਠੁਮਕਦਾ ਹੋ ਕੈਂਟੀ ਵਿਕ ਬੈਣ ਦੀ ਪੂਰਾ ਲੰਡਨ ਠੁਮਕਦਾ ਬਹੁਤ ਖੁਸ਼ ਜੀ ਤੇ ਲਵ ਜੰਜੂਆ ਜੀ ਇੱਕ ਆਪਣੀ ਕੋਈ ਨਵੀਂ ਸੌਂਗ ਦੇ ਦੋ ਬੋਲ ਨਵਾਂ ਸੌਂਗ ਜੀ ਮੈਂ ਇੱਕ ਫਿਲਮ ਸਾਡੀ ਆ ਰਹੀ ਹੈ ਪਰੇਸ਼ਾਨਪੁਰ ਉਹਦੇ ਵਿੱਚ ਦਲਜੀਤ ਭਾਈ ਦਾ ਲਿਖਿਆ ਹੋਇਆ ਗੀਤ ਹੈ ਉਹ ਮੇਰਾ ਖਿਆਲ ਹੈ ਵੀ ਜਿੱਦਾਂ ਮੈਨੂੰ ਅਵਾਰਡ ਮਿਲਿਆ ਅਤੇ ਉਹ ਵੀ ਅਗਲੇ ਸਾਲ ਦਾ ਸ਼ਾਇਦ ਅਵਾਰਡ ਜਿੱਤਣ ਵਾਲਾ ਗੀਤ ਹੈ ਕਿਉਂਕਿ ਸਾਰੇ ਸਾਡੇ ਜਿਹੜੀ ਉਹਨਾਂ ਨੇ ਬਹੁਤ ਅੱਛਾ ਲਿਖਿਆ ਕਿ ਲੋਕ ਜਿਹੜੇ ਨੇ ਟੈਨਸ਼ਨ ਹਰੇਕ ਨੂੰ ਕੋਈ ਹੀ ਸ਼ਾਇਦ ਬੰਦਾ ਹੋਵੇ ਹੈਪੀ ਹੋ ਕਹਿੰਦੇ ਕੋਈ ਨਹੀਂ ਹੈ ਉਹ ਮੈਂ ਤੁਹਾਨੂੰ ਦੋ ਲੈਣਾ ਸੁਣਾਉਣਾ ਹੈਂਜੀ ये भी परेशान है वो भी परेशान है लगता नहीं कोई हैप्पी इंसान है इसका कोई हल निकालो खुशियों के दे पल निकालो फिकर शिकर को गोली मारो अपने दम पे ही लो यारो हम है पंजाबी साडी गल मन लेनी 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 साडे हुंदे आ टेंशन नहीं लेनी साडे हुंदे आ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦੇ ਆ ਟੈਨਸ਼ਨ ਨਹੀਂ ਲੈਣੀ ਬਹੁਤ ਸਾਰਾ ਗੀਤ ਰਿਕਾਰਡ ਹੈ ਔਰ ਜੀ ਗੁਰਮੀਤ ਨੇ ਇਹ ਮਿਊਜ਼ਿਕ ਦਿੱਤਾ ਗੁਰਮੀਤ ਸਿੰਘ ਉਹ ਵੀ ਇੱਥੇ ਅੰਮ੍ਰਿਤਸਰ ਦੇ ਹੀ ਹੈ ਬੜਾ ਅੱਛਾ ਮਿਊਜ਼ਿਕ ਦਿੰਦੇ ਆ ਉਹਨਾਂ ਨੇ ਹਿੰਦੀ ਫਿਲਮ 'ਚ ਜਿਹੜਾ ਮਿਊਜ਼ਿਕ ਦਿੱਤਾ ਪਹਿਲਾ ਮਿਊਜ਼ਿਕ ਹੈ ਉਹਨਾਂ ਨੇ ਔਰ ਮੇਰਾ ਹੀ ਉਹਨਾਂ ਨੇ ਗਾਣਾ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਪਿਆਰ ਕਰਦੇ ਆ ਮੈਨੂੰ ਸੋ ਮੇਰੀਆਂ ਬੈਸਟ ਵਿਸ਼ਿਜ਼ ਵੀ ਨੇ ਇਸ ਫਿਲਮ ਲਈ ਕਿਉਂਕਿ ਗਾਣੇ ਨੇ ਹਿੱਟ ਹੋਣਾ ਸੋ ਮੈਂ ਤੁਹਾਨੂੰ ਇਸ ਵਿਸ਼ਿਜ਼ ਤੇ ਕਹੂੰਗਾ ਸਾਰੇ ਸੰਸਾਰ ਦੇ ਵਿਚ ਇਹ ਮੈਗਜ਼ੀਨ ਜਾਣਾ ਚਾਹੀਦਾ ਔਰ ਇਹ ਲੋਗੋ ਪੰਜਾਬੀ ਸਕਰੀਨ ਜਿਹੜਾ ਸਾਰੇ ਵਰਲਡ ਦੇ ਵਿਚ ਇਹਦੀ ਬੱਲੇ ਬੱਲੇ ਹੋਣੀ ਚਾਹੀਦੀ ਹੈ ਮੇਰੇ ਵੱਲੋਂ ਵੀ ਬੈਸਟ ਆਫ ਲੱਕ ਬੈਸਟ ਵਿਸ਼ਿਜ਼ ਥੈਂਕ ਯੂ ਸੋ ਮਚ ਓਕੇ ਸਤਿ ਸ਼੍ਰੀ ਅਕਾਲ